ਧੀ ਸੀਰਤ ਕੌਰ ਮਾਨ ਦੀ ਵਾਇਰਲ ਵੀਡੀਓ ਤੋਂ ਬਾਅਦ ਮੁੱਦਾ ਗਰਮਾਉਂਦਾ ਹੀ ਜਾ ਰਿਹਾ। ਹੁਣ ਸੀਐਮ ਮਾਨ ਦੀ ਪਹਿਲੀ ਪਤਨੀ ਨੇ ਦਿੱਤੀ ਹੈ ਧਮਕੀ, ਕਿਹਾ ਸ਼ਰਾਬੀ ਦੀ ਫੋਟੋ ਪਾ ਦੇਣੀ ਫਿਰ ਚੰਗਾ ਰਹੂ, ਆਪਣੀ ਇੱਜ਼ਤ ਆਪਦੇ ਹੱਥ ਵਿੱਚ ਹੀ ਹੁੰਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਵੇਲੇ ਆਪਣੇ ਪਰਿਵਾਰ ਦੇ ਇਲਜ਼ਾਮਾਂ ਵਿੱਚ ਬੁਰੀ ਤਰ੍ਹਾਂ ਨਾਲ ਉਲਝ ਗਏ ਹਨ। ਬੀਤੇ ਦਿਨ ਮਾਨ ਦੀ ਧੀ ਵੱਲੋਂ ਵੱਡੇ ਇਲਜ਼ਾਮ ਲਾਏ ਗਏ ਸੀ, ਜਿਸ ਤੋਂ ਬਾਅਦ ਹੁਣ ਉਹਨਾਂ ਦੀ ਸਾਬਕਾ ਪਤਨੀ ਵੱਲੋਂ ਸ਼ਰੇਆਮ ਧਮਕੀ ਦਿੱਤੀ ਗਈ ਹੈ। ਮੁੱਖ ਮੰਤਰੀ ਦੀ ਪਹਿਲੀ ਪਤਨੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਿਖਿਆ, ਡਰ ਡੁਰ ਤੋੜ ਕੇ ਸਮੁੰਦਰ 'ਚ ਸੁੱਟ ਚੁੱਕੀ, ਮੈਂ ਡਰ ਨਹੀਂ ਲਿਆ ਸੀ, ਬਸ ਜਿਹਨੇ ਬਿਨਾਂ ਮਤਲਬ ਦੀ ਬਕਵਾਸ ਕੀਤੀ। ਇੱਕ ਫੋਟੋ ਫੇਸਬੁੱਕ 'ਤੇ ਪਾ ਦਿਆ ਕਰਨੀ ਮੈਂ, ਸ਼ਰਾਬੀ ਦੀ ਚੰਗਾ ਰਹੂ, ਆਪਣੀ ਇੱਜ਼ਤ ਟਕੀ ਰੱਖੇ, ਨਾਲੇ ਉਹਦੇ ਚਮਚੇ ਕੜਛੀਆਂ ਮੈਨੂੰ ਆਪ ਹੀ ਅਨਫਰੈਂਡ ਕਰ ਜੋ, ਤੁਹਾਡੇ ਤੋਂ ਦੇਖਣੀ ਹੋਣਾ ਸਟੇ ਟਿਊਨਡ। ਪ੍ਰੀਤ ਗਰੇਵਾਲ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ, ਟੀਮ ਸੀਐਮ ਇੱਥੇ ਲੋਕਾਂ ਨੂੰ ਫੋਨ ਕਰ ਕਰਕੇ ਬਕਵਾਸ ਕਰਵਾ ਰਹੇ ਆ, ਇਹਨਾਂ ਨੂੰ ਮੁੱਖ ਮੰਤਰੀ ਨੂੰ ਜੇਲ੍ਹ ਕਰਵਾਉਣੀ ਆ, ਹੋਰ ਕੁਛ ਨਹੀਂ। ਮੈਂ ਬੋਲੀ ਹੁੰਦੀ ਗੱਲ ਹੋਰ ਸੀ, ਸੀਰਤ ਬੋਲੀ ਆ, ਉਹ ਵੀ ਆਪਣੀ ਮਰਜ਼ੀ ਨਾਲ, ਜਿਹੜੇ ਬਾਪ ਨੂੰ ਧੀ ਦੀ ਸ਼ਰਮ ਨਹੀਂ ਉਹਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਸੀਐਮ ਭਗਵੰਤ ਮਾਨ ਦੀ ਸਾਬਕਾ ਪਤਨੀ ਨੇ ਧਮਕੀਆਂ ਦਿੱਤੀਆਂ ਨੇ, ਜੇਕਰ ਇਹ ਮਾਮਲਾ ਨਾ ਲੁਕਿਆ ਤਾਂ ਮੈਂ ਹੋਰ ਵੀ ਕਈ ਪੋਸਟਾਂ ਫੇਸਬੁੱਕ 'ਤੇ ਪਾਊਂਗੀ, ਮੇਰੇ ਕੋਲ ਬਥੇਰਾ ਕੁਛ ਪਿਆ, ਬਹੁਤ ਸਾਰੀਆਂ ਮੇਰੇ ਕੋਲ ਫੋਟੋਆਂ ਪਈਆਂ ਨੇ। ਧੀ ਸੀਰਤ ਕੌਰ ਮਾਨ ਦੀ ਵਾਇਰਲ ਵੀਡੀਓ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ। ਪਹਿਲਾਂ ਬਿਕਰਮ ਮਜੀਠੀਏ ਨੇ ਪੋਸਟ ਪਾਈ ਸੀ, ਉਸ ਤੋਂ ਬਾਅਦ ਲੱਖੇ ਸਿਧਾਣੇ ਨੇ ਵੀ ਆਪਣਾ ਬਿਆਨ ਦਿੱਤਾ ਸੀ, ਹੁਣ ਹਰਸਿਮਰਤ ਕੌਰ ਬਾਦਲ ਦਾ ਵੀ ਬਿਆਨ ਆਇਆ। ਅਤੇ ਦੋਸਤੋ, ਤੁਹਾਡੇ ਕੀ ਵਿਚਾਰ ਨੇ ਇਸ ਖਬਰ ਦੇ ਬਾਰੇ? ਤੁਸੀਂ ਸਭ ਤੋਂ ਸਿਆਣੇ ਹੋ, ਆਪੋ ਆਪਣੇ ਵਿਚਾਰ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਬਾਕੀ ਜੋ ਵੀਰ ਅਤੇ ਭੈਣਾਂ ਆਪਣੇ ਚੈਨਲ ਦੇ ਉੱਪਰ ਨਵੇਂ ਨੇ, ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਧੰਨਵਾਦ।